ਆਪਾਂ ਖੇਤਾਂ ਵਿੱਚ ਕੋਠੀ ਪਾ ਲਈ ਆ, ਜਪ ਕੇ ਬੜੇ ਫਿਰਦੇ ਆ ਵੀ ਐਂ ਕਰ ਆਤਮਿਆ ਮਾੜਾ ਮੋਟਾ ਅਸਲਾ ਲਿਆ ਕੇ ਘਰੇ ਰੱਖ ਲਾ। ਪਰ ਆਤਮਾ ਰੱਬ ਦੀਆਂ ਪੱਕੀਆਂ ਤੇ ਰਹਿਣ ਵਾਲਾ ਕਹਿੰਦਾ ਭਾਗਵਾਨ ਨੇ ਨਾ ਕੁਝ ਅਸਲੇ ਨੇ ਕਰਨਾ ਤੇ ਨਾ ਕੁਝ ਡਾਂਗਾ ਨੇ ਕਰਨਾ। ਰੱਬ ਦੇ ਯਕੀਨ ਨਾਲ ਜਿਹੜਾ ਮੈਂ ਘਰੇ ਫੋੜਾ ਵਰਤਦਾ ਨਾ ਤੇ ਯਾਰਾਂ ਦਾ ਫੋੜਾ ਹੀ ਚੱਲੇ ਮਿਲਾਉਣ ਨੂੰ, ਸੋ ਫੋੜੇ ਦੇ ਨੂੰ ਤੇ ਜ਼ੋਰਦਾਰ ਤਾੜੀ। ਇਹ ਮੈਂ ਗੀਤ ਥੋੜਾ ਜਿਹਾ ਵਿਅੰਗ ਦੇ ਤੌਰ ਤੇ ਵੀ, ਕਿਉਂਕਿ ਸਾਰੇ ਕਲਾਕਾਰ ਮੇਰੇ ਨਾਲ ਵਧੀਆ ਨੇ, ਮੈਂ ਫੋੜਾ ਤਾਂ ਵਰਤਿਆ ਵੀ ਕੋਈ ਕਹਿੰਦਾ ਗੱਲ ਨਾ ਐਂ ਕਰ ਦੂ, ਕੋਈ ਕਹਿੰਦਾ ਆਏ ਦੀ ਆਏ ਕਰ ਦੂ, ਮੈਂ ਕਿਹਾ ਨਾ ਮੇਰਾ ਯਾਰਾਂ ਦਾ ਫੋੜਾ ਹੀ ਇਕੱਲੇ ਮਾਨ ਨਹੀਂ। ਸੁਣਾਓ ਘਰ ਵਾਲੀ ਕੀ ਕਹਿੰਦੀ ਆ ਤੇ ਘਰ ਵਾਲਾ ਅਨਪੜ੍ਹ ਕੀ ਕਹਿੰਦਾ ਜੱਟ ਦੇ ਫੋੜੇ ਦੀ ਗੱਲ ਕਰਨ ਲੱਗਾ, ਪਹਿਲੀ ਵਾਰ ਗਾਉਣ ਲੱਗੇ। ਹਾਂਜੀ ਬਾਬਿਓ ਕੱਲ ਨੂੰ ਰੌਣਕਾਂ 17 ਦੀ ਹੈ, ਵਿਸਾਖੀ ਸ਼ਮਾਰੂ ਵੱਲੋਂ ਪੇਸ਼ ਕੀਤਾ ਜਾ ਰਿਹਾ ਸੀ ਇਹ ਪ੍ਰੋਗਰਾਮ ਸ਼ਮਾਰੂ ਕੰਪਨੀ ਵੱਲੋਂ। ਉਹਦੇ ਵਿੱਚ ਗਾਣਾ ਆ ਸਾਡਾ ਨਵਾਂ, ਅਗਰ ਥੋੜ੍ਹਾ ਬਹੁਤਾ ਭੁੱਲ ਗਈ ਤਾਂ ਮਾਫ਼ ਕਰਨਾ, ਕਿਉਂਕਿ ਉਦੋਂ ਦਾ ਹੀ ਪੜਿਆ ਹੋਇਆ ਜਿਹੜਾ ਰਿਕਾਰਡਿੰਗ। ਜੇ ਤੂੰ ਭੁੱਲ ਗਈ ਮੈਂ ਕੋਲ ਕਾਪੀ ਵਰਗਾ ਖੜਾ, ਜਿੱਥੇ ਮਰਜ਼ੀ ਦੇਖ ਲਈ। ਮੈਨੂੰ ਤਾਂ ਤੁਹਾਨੂੰ ਦੱਸਣਾ ਪੈਂਦਾ ਹੁੰਦਾ ਤੁਹਾਡੀ ਲਾਈਨ ਆਹ। ਇੱਕ ਗੱਲ ਸੁਣੀ ਸਰਦਾਰ ਆਵੇ ਕਾਲਾ ਮਹਿਰ ਜੀ ਨੇ ਜਿਹੜੇ ਸੰਧੂ ਨੂੰ ਉਤਾਰੇ ਆ
ਉਹਨਾਂ ਦੀ ਨਿਸ਼ਾਨੀ ਪਤਾ ਕੀ ਹੈ? ਕਹਿੰਦੇ ਜਦੋਂ ਉਹ ਸੌਂਦੇ ਨੇ ਸੰਧੂ ਗੋਤ ਵਾਲੇ ਤੇ ਉਹਨਾਂ ਦੀ ਅੱਖਾਂ ਖੁੱਲੀਆਂ ਹੁੰਦੀਆਂ। ਉਹਨਾਂ ਬਾਰੇ ਕੀ ਲਿਖਿਆ? ਤਾਲੀ ਮਾਰੇ ਮਰ ਜੇ ਮਾਰ ਦਿਓ ਤਾੜੀ। ਪ੍ਰਬੰਧਕ ਕਮੇਟੀ ਦੇ ਨਾਲ ਜ਼ੋਰਦਾਰ ਤਾੜੀ ਮਾਰ ਦਿਓ ਤੇ ਬਹੁਤ ਮਿਹਰਬਾਨੀ ਸਾਡੇ ਸਤਿਕਾਰਯੋਗ।